हेलो, सत श्री अकाल दोस्तों। मेरा नाम है गगनदीप सिंह। तुहाडा सारयां दा स्वागत है श्री गुरु रामदास कोचिंग सेंटर वल्लों। दोस्तों, तुहानू पता है कि जो आम आदमी पार्टी दी सरकार बनी है, उन्हां ने 25,000 पोस्टां दा ऐलान भी कीता है अते अपनियां जो मस्त किडर दियां पोस्टां हन उन्हां दी वी नोटिफिकेशन आई हुई सी अते रजिस्ट्रेशन हजे तक चल रही है अते अग्गे भी चलेगी क्योंकि 2 महीने तो पहला तां पेपर होना संभव नहीं है क्योंकि पंजाब सरकार मूहरे बहुत ही ज़्यादा चुनौतियां हन। तां आई होप जल्दी हो जाए क्योंकि जो मेरे वीर भैणां तैयारी कर रहे हन उन्हां दी तैयारी व्यर्थ ना जावे। तां दोस्तो, ये जो वीडियो अज मैं आधुनिक कवि दी लै के आया हाँ मस्त केडर दे पेपर लई बहुत ही ज़्यादा स्पैशल है। जिन्हां ने भाई वीर सिंह जी बारे पढ़िया है उन्हां लई बहुत ही ज़्यादा वधिया रहेगी यह वीडियो क्योंकि उन्होंने पहला पढ़िया होया है, उन्हां दी प्रैक्टिस हो जाएगी। अते जिन्हां मेरे वीर भैणां ने इस बारे नहीं पढ़िया तां भाई वीर सिंह जी बारे उन्हां नूं इत्थों पता लग जाएगा जो कि बहुत ही इंपॉर्टेंट लाइनां हन जो पेपर विच वार वार पुछियां जांदियां हन वक्खो वक्खरे पेपरां दे विच। तां दोस्तो, पहलां तुहानूं मैं दस देवां कि जेकर तुसीं मेरे चैनल ते न्यू व्यूअर हो तां इस चैनल नूं सबसक्राइब कर लवो अते नाल बैल आइकन नूं भी प्रेस कर लवो तां जो जो भी वीडियो मैं अपने चैनल ते अपलोड करता रहिंदा हाँ वो तुहाडे तक पहुँच सकन, उन्हां दी नोटिफिकेशन तुहानूं मिल सके। जेकर वीडियो वधिया लगी तां इस नूं लाइक करना, कमेंट करना अते वध तों वध अपने दोस्तां तक शेयर करना। दोस्तों, अज दी वीडियो है आधुनिक कवि ते आधारित जो कि पंजाबी मास्टर ग्रेडर दे विच सिलेबस दे विच दित्ता होया है। जेकर तुहानूं नहीं पता तां मैं सिलेबस दी वी एक वीडियो प्रोवाइड कर देवांगा तुहानूं। तां सब तों पहलां आधुनिक कवि होए हन भाई वीर सिंह जी। उन्हां दा जन्म 1872 तों 1957 दे विच कार्यकाल सी उन्हां दा 1872 तों 1957। भाई वीर सिंह जी आधुनिक कवि, ये दोस्तों साडा टॉपिक है। भाई वीर सिंह नूं आधुनिक पंजाबी कविता दा मोढी मन्नया जांदा है। दोस्तों, बहुत बार क्वेश्चन आया है क्योंकि तुहानूं मैं दस देवां कि मैं हार्ड वर्क नहीं करावांगा क्योंकि ਆਪਾਂ PhD ਤੱਕ ਹਾਰਡ ਵਰਕ ਹੀ ਕਰਦੇ ਹਾਂ ਤਾਂ ਜੋ ਵਧੀਆ ਪਰਸੈਂਟੇਜ ਲੈ ਕੇ ਜਾ ਸਕੀਏ। ਪਰ ਜੇਕਰ ਤੁਸੀਂ ਜੋਬ ਲੈਣੀ ਹੈ, ਗਵਰਨਮੈਂਟ ਜੋਬ ਲੈਣੀ ਹੈ, ਕੰਪੀਟੀਟਿਵ ਐਗਜ਼ਾਮ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਸਮਾਰਟ ਵਰਕ ਕਰਨਾ ਪਵੇਗਾ। ਦੋਸਤੋ, ਜੇਕਰ ਤੁਸੀਂ ਘੱਟੋ ਘੱਟ ਟਾਈਮ ਵਿੱਚ ਕੁਐਸਚਨ ਨੂੰ ਸੋਲਵ ਕਰਨਾ ਹੈ ਕਿਉਂਕਿ MCQ ਕੁਐਸਚਨ ਦੇ ਵਿੱਚ 4 ਆਪਸ਼ਨਾਂ ਦੇ ਵਿੱਚੋਂ ਇੱਕ ਆਨਸਰ ਹੁੰਦਾ ਹੈ ਤਾਂ ਉਹ ਸਮਾਰਟਨੈਸ ਅਪਰੋਚ ਦੇ ਨਾਲ ਹੀ ਅਸੀਂ ਕਰ ਸਕਦੇ ਹਾਂ। ਤਾਂ ਜੋ ਜੋ ਕੁਐਸਚਨ ਪਾਉਂਦੇ ਹਨ ਉਹ ਲਾਈਨਾਂ ਲਿਖੀਆਂ ਹਨ ਜੋ ਕਿ ਬਹੁਤ ਇੰਪੋਰਟੈਂਟ ਹਨ। ਤਾਂ ਦੋਸਤੋ, ਦੇਖੋ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ, ਪਿਤਾਮਾ ਵੀ ਕਿਹਾ ਜਾਂਦਾ ਹੈ, ਮੋਢੀ ਮੰਨਿਆ ਜਾਂਦਾ ਹੈ। ਭਾਈ ਵੀਰ ਸਿੰਘ ਨਾਵਰ ਹੱਸਵਾਦੀ ਕਵੀ ਸੀ। ਨਾਵਰ ਹੱਸਵਾਦੀ ਕਵੀ ਕੌਣ ਸੀ? ਭਾਈ ਵੀਰ ਸਿੰਘ ਸੀ। ਨਵੀਂ ਰਹੱਸਵਾਦੀ ਨੂੰ ਲੈ ਕੇ ਇਹਨਾਂ ਨੇ ਐਡ ਕੀਤਾ ਸੀ। ਭਾਈ ਵੀਰ ਸਿੰਘ ਜੀ ਨੇ ਵੀ ਸਾਹਿਤ ਰਚਨਾ ਦੀ ਸ਼ੁਰੂਆਤ ਪਰੰਪਰਾਗਤ ਸਾਹਿਤਕ ਰੂਪਾਂ ਨਾਲ ਹੀ ਕੀਤੀ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1972 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਦੋਸਤੋ, ਇਹ ਸਾਰੇ ਫੈਕਚੁਅਲ ਕੁਐਸਚਨ ਬਣਦੇ ਹਨ, ਡੇਟ ਆਫ ਬਰਥ ਯਾਦ ਕਰਨੀ ਹੀ ਪੈਂਦੀ ਹੈ, ਇਹਨਾਂ 'ਤੇ ਕੋਈ ਵੀ ਟ੍ਰਿਕ ਨਹੀਂ ਚੱਲਦੀ। ਦੋਸਤੋ, ਜਿੱਥੇ ਜਿੱਥੇ ਲੋੜ ਪਵੇਗੀ ਆਪਾਂ ਨੂੰ ਟ੍ਰਿਕ ਬਣ ਸਕਦੀ ਹੈ ਉੱਥੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿਉਂਕਿ ਉਸੇ ਟ੍ਰਿਕ ਨੂੰ ਹੀ ਰੂਲ ਨੂੰ ਹੀ ਕਨਸੈਪਟ ਨੂੰ ਹੀ ਆਪਾਂ ਸਮਾਰਟ ਵਰਕ ਕਹਿੰਦੇ ਹਾਂ। ਤਾਂ ਦੋਸਤੋ, ਤੁਸੀਂ ਬਿਲਕੁਲ ਵੀ ਪੈਨਿਕ ਨਾ ਹੋਣਾ, ਤੁਹਾਨੂੰ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਾਂਗਾ। ਆਪ ਦੀ ਰਚਨਾ ਬਹੁਪੱਖੀ ਹੈ, ਬਹੁਪੱਖੀ ਮੀਨਸ ਬਹੁਤ ਤਰ੍ਹਾਂ ਦੀ ਹੈ। ਦੇਖੋ ਕਿਸ ਕਿਸ ਵਿੱਚ
ਆਪਣੇ ਕਵਿਤਾਵਾਂ ਵੀ ਲਿਖੀਆਂ ਹਨ। ਵਾਰਤਕ, ਨਾਵਲ ਤੇ ਨਾਟਕ ਦੀ ਰਚਨਾ ਕਰਕੇ ਆਧੁਨਿਕ ਜੋ ਆਪਣਾ ਆਧੁਨਿਕ ਸਾਹਿਤ ਹੈ, ਆਧੁਨਿਕ ਸਾਹਿਤ ਦਾ ਆਰੰਭ ਕੀਤਾ। ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਤੇ ਸੰਪਾਦਨ ਕਰਨ ਦਾ ਕੰਮ ਵੀ ਕੀਤਾ। ਭਾਈ ਵੀਰ ਸਿੰਘ ਦੇ ਪਿਤਾ ਹਿੰਦੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ। ਤਾਂ ਦੋਸਤੋ, ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਕਿ ਮੈਂ ਤੁਹਾਨੂੰ ਸਮਾਰਟ ਵਰਕ ਵੀ ਕਰਕੇ ਦਿਖਾਵਾਂਗਾ, ਤਾਂ ਉਹ ਦੇਖੋ ਇੱਥੇ ਹੋਵੇਗੀ। ਤਾਂ ਸਭ ਤੋਂ ਪਹਿਲਾਂ ਬ੍ਰਿਜ ਭਾਸ਼ਾ, ਫਿਰ ਸੰਸਕ੍ਰਿਤ, ਫਿਰ ਹਿੰਦੀ। ਅਸੀਂ ਸੀਕੁਐਂਸ ਵੀ ਯਾਦ ਰੱਖਣੀਆਂ ਹਨ। ਭਾਈ ਵੀਰ ਸਿੰਘ ਕੀ ਹੋਏ ਹਨ? ਆਧੁਨਿਕ ਕਾਵਿ ਦੇ ਪਿਤਾਮਾ ਹੋਏ ਹਨ। ਉਹਨਾਂ ਦੇ ਪਿਤਾ ਨੂੰ ਕੀ ਸੀ? ਸਭ ਤੋਂ ਪਹਿਲਾਂ ਬ੍ਰਿਜ ਭਾਸ਼ਾ, ਫਿਰ ਸੰਸਕ੍ਰਿਤ, ਫਿਰ ਹਿੰਦੀ, ਤਿੰਨ ਭਾਸ਼ਾਵਾਂ ਆਉਂਦੀਆਂ ਸਨ। ਤਾਂ ਵਿਦਵਾਨ ਸਨ ਤਿੰਨ ਭਾਸ਼ਾਵਾਂ ਦੇ। ਸਿੰਘ ਸਭਾ ਲਹਿਰ ਦੇ ਸੰਚਾਲਕ ਵਿੱਚੋਂ ਇੱਕ ਸਨ। ਕੌਣ ਸੀ? ਭਾਈ ਵੀਰ ਸਿੰਘ ਜੀ ਦੇ ਪਿਤਾ। ਤਾਂ ਦੋਸਤੋ, ਸਿੰਘ ਸਭਾ ਦੀ ਗੱਲ ਆਈ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸਣਾ ਕਿ ਸਿੰਘ ਸਭਾ ਦੀ ਲੋੜ ਕਿਉਂ ਪਈ, ਸਿੰਘ ਸਭਾ ਲਹਿਰ ਕਿਉਂ ਚੱਲੀ। ਤਾਂ ਇਸ ਵਿੱਚ ਦਿੱਤਾ ਹੈ ਅੱਗੇ, ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੀ ਰੱਖਿਆ ਜੋ ਹੈ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਤਾਂ ਦੋਸਤੋ, ਇਹ ਲਾਈਨ ਠੀਕ ਹੈ। ਸਿੰਘ ਸਭਾ ਲਹਿਰ ਦੀ ਲੋੜ ਤਾਂ ਹੀ ਪਈ ਸੀ, ਪੰਜਾਬੀ ਬੋਲੀ ਅਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਪਰ ਮੈਂ ਤੁਹਾਨੂੰ ਪਹਿਲਾਂ ਕੁਐਸਚਨ ਪੁੱਛਿਆ ਹੈ ਕਿਉਂਕਿ ਇਹ ਪੰਜਾਬੀ ਦੇ ਵਿੱਚ ਪੁੱਛਿਆ ਜਾਵੇਗਾ। ਦੋਸਤੋ, ਮੈਂ ਤੁਹਾਨੂੰ ਕਿਹਾ ਹੈ ਵਿੱਚੋਂ ਵਿੱਚੋਂ ਮੈਂ ਤੁਹਾਨੂੰ ਸਮਾਰਟਨੈਸ ਅਪਰੋਚ ਵੀ ਯੂਜ਼ ਕਰਾਂਗਾ, ਵਿੱਚ ਵਿੱਚ ਕਈ ਗੱਲਾਂ ਵੀ ਦੱਸਾਂਗਾ ਜੋ ਕਿ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਹੋਣਗੀਆਂ ਪਰ ਤੁਹਾਨੂੰ ਲੱਗਣਗੀਆਂ ਨਹੀਂ। ਰਿਲੇਟਡ ਕਿਉਂ ਹਨ? ਕਿਉਂਕਿ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਨੇ ਇਹਨਾਂ ਦੇ ਸੰਚਾਲਕਾਂ ਵਿੱਚੋਂ ਇੱਕ ਸੀ, ਸਿੰਘ ਸਭਾ ਲਹਿਰ ਦੇ। ਤਾਂ ਸਿੰਘ ਸਭਾ ਦੀ ਲੋੜ ਕਿਉਂ ਪਈ? ਕਿਉਂਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕੁਐਸਚਨ ਪੁੱਛੇ ਜਾਣਗੇ, ਤਾਂ ਉੱਥੇ ਵੀ ਸਿੰਘ ਸਭਾ ਦੀ ਗੱਲ ਜ਼ਰੂਰ ਹੋਵੇਗੀ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਤਾਂ ਦੋਸਤੋ, ਇਸ ਦਾ ਕਮੈਂਟ ਬਾਕਸ ਦੇ ਵਿੱਚ ਮੈਨੂੰ ਆਂਸਰ ਚਾਹੀਦਾ ਹੈ। ਜੇਕਰ ਨਾ ਪਤਾ ਲੱਗਿਆ ਤਾਂ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸ ਦੇਵਾਂਗਾ। ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ। ਭਾਈ ਵੀਰ ਸਿੰਘ ਫਿਰ ਇੰਪੋਰਟੈਂਟ ਹੋ ਗਏ, ਤਾਂ ਸਿੰਘ ਸਭਾ ਲਹਿਰ ਵੀ ਦੋਸਤੋ ਇੰਪੋਰਟੈਂਟ ਹੋ ਗਈ। ਸਿੰਘ ਸਭਾ ਲਹਿਰ ਦੇ ਵਿੱਚ ਵਧੇਰੇ ਹਿੱਸਾ ਕਿਸਨੇ ਪਾਇਆ? ਭਾਈ ਵੀਰ ਸਿੰਘ ਜੀ ਨੇ, ਜੋ ਕਿ ਸਾਡੇ ਆਧੁਨਿਕ ਕਵੀ ਹੋਏ ਹਨ, ਪਿਤਾਮਾ ਹੋਏ ਹਨ, ਮੋਢੀ ਹੋਏ ਹਨ ਪੰਜਾਬੀ ਕਵਿਤਾ ਦੇ। ਉਸ ਤੋਂ ਅੱਗੇ ਹੈ ਆਧੁਨਿਕ ਕਵਿਤਾ ਭਾਗ। ਆਧੁਨਿਕ ਕਵਿਤਾ ਵਾਂਗ ਆਧੁਨਿਕ ਵਾਰਤਕ ਦਾ ਮੋਢੀ ਵੀ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਹੈ। ਆਧੁਨਿਕ ਕਵਿਤਾ ਦਾ ਪਿਤਾਮਾ ਨਹੀਂ ਕਹਿਣਾ ਦੋਸਤੋ, ਆਧੁਨਿਕ ਵਾਰਤਕ ਦਾ ਮੋਢੀ ਵੀ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਹੈ। ਲੋਕਪ੍ਰਿਯ ਵਾਰਤਾਕਾਰ ਹੋਣ ਦੇ ਨਾਲ ਨਾਲ ਭਾਈ ਵੀਰ ਸਿੰਘ ਦੋਸਤੋ ਚੰਗੇ ਕੋਸ਼ਕਾਰ ਵੀ ਸਨ। ਭਾਈ ਵੀਰ ਸਿੰਘ ਚੰਗੇ ਕੋਸ਼ਕਾਰ ਅਤੇ ਸੰਪਾਦਕ ਵੀ ਸਨ। ਇਹਨਾਂ ਨੇ ਪੁਰਾਤਨ ਜਨਮ ਸਾਖੀ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈ, ਪੁਰਾਤਨ ਜਨਮ ਸਾਖੀ ਕਿਸਨੇ ਲਿਖੀ? ਭਾਈ ਵੀਰ ਸਿੰਘ ਜੀ ਦੀ ਰਚਨਾ ਕਿਹੜੀ ਹੈ? ਤਾਂ ਦੋਸਤੋ, ਕੁਐਸਚਨ ਜਿਸ ਤਰ੍ਹਾਂ ਮਰਜ਼ੀ ਬਣ ਸਕਦਾ ਹੈ, MCQ ਦੇ ਵਿੱਚ ਕੁਐਸਚਨ ਜਿਸ ਤਰ੍ਹਾਂ ਮਰਜ਼ੀ ਪੁੱਛਿਆ ਜਾ ਸਕਦਾ ਹੈ। ਤੁਸੀਂ ਬਿਲਕੁਲ ਵੀ ਪੈਨਿਕ ਨਹੀਂ ਹੋਣਾ, ਬਸ ਓਨਲੀ ਫੋਕਸ ਕਰਨਾ ਹੈ, ਕੰਸਨਟ੍ਰੇਟ ਕਰਨਾ ਹੈ ਇਹਨਾਂ ਲਾਈਨਾਂ ਦੇ ਉੱਪਰ, ਤਾਂ ਤੁਹਾਡਾ ਇੱਕ ਨੰਬਰ ਵੱਟ 'ਤੇ ਪਿਆ ਹੈ। ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਵੱਟ 'ਤੇ ਪਿਆ ਹੈ। ਤਾਂ ਦੋਸਤੋ, ਤੁਸੀਂ ਬਸ ਇਹਨਾਂ ਨੂੰ ਯਾਦ ਕਰਨਾ ਹੈ। ਪੁਰਾਤਨ ਜਨਮ ਸਾਖੀ, ਇੱਕ ਭਾਈ ਬਾਲੇ ਵਾਲੀ ਜਨਮ ਸਾਖੀ ਹੋਈ ਹੈ। ਤਾਂ ਕਈ ਮੇਰੇ ਦੋਸਤ, ਮੇਰੀਆਂ ਭੈਣਾਂ ਪੁਰਾਤਨ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਲਾ ਆਉਂਦੇ ਹਨ। ਤਾਂ ਨਹੀਂ ਦੋਸਤੋ, ਪੁਰਾਤਨ ਜਨਮ ਸਾਖੀ ਭਾਈ ਵੀਰ ਸਿੰਘ
जी दी है रचना है सिखां दी भगत माला ज्ञान रत्नावली आदि ग्रंथां दा संपादन कीता। इन्हां ने आधुनिक कविता दे पितामह मन्ने जांदे हन। इन्हां ने पुरातन जन्म साखी सिखां दी भगत माला ज्ञान रत्नावली भाई मनी सिंह जी दी सी ज्ञान रत्नावली आदि ग्रंथां दा संपादन कीता। उस तो अगे गल करते हाँ आपां दोस्तों काव्य संग्रह दी, इस तो बाद आपां वीडियो दा एंड करांगे। तां काव्य संग्रह जो कि बहुत इंपॉर्टेंट है, पहला है दिल तरंग 1920, तां ट्रिकी वे रूल कॉन्सेप्ट जो कि मैं स्मार्टनेस अप्रोच बारे दस रहा सी तां ओह आपां इत्थे यूज करांगे। दिल तरंग भाई वीर सिंह, वीर मतलब जूता, योधे दा दिल बहुत तकड़ा हुंदा है, तरंगा उड़दियां नूं उसके अंदर क्योंकि बहुत ताकतवर हुंदा है, बाहुबली हुंदा है। दिल तरंग तां तुसी भाई वीर सिंह जी दे नाल जोड़ देना है, दिल तरंग। दसो दोस्तों तुहानूं मेरी इह ट्रिक किन्नी क वधिया लगी, जेकर वधिया लगी तां दोस्तों वीडियो नूं लाइक करना। 1920 तुसी याद रखना है, दिल तरंग 1920 त्रेल तुपके। हुण दोस्तों इन्हां दे विच्चों तुसीं किहड़े किहड़े याद करने हन? वैसे तो सारिया ही याद करने वाली हैं, पर नहीं दोस्तों सारिया नहीं करनिया, असी जो पेपर में पूछी जाए असी उन्होंने ही याद करना है। तेल तुपके इन्नी इंपॉर्टेंट नहीं है, बट तुसी इस नू देख लेना, तेल तुपके 1921 लहरां दे हार। हाँ दोस्तों जो योद्धा हुंदा है उस दे गल विच हार पैंदे हन क्योंकि वह युद्ध नू जित के आउंदा है, तां जिहड़े भी हार होणगे वह भाई वीर सिंह जी दे गल च ही पए होणगे। लहरां दे हार ते बिजलियां दे हार दोस्तों देखो दो फिर ट्रिकी वे दे नाल मैं तुहानूं दस दित्तियां, लहरां दे हार ते बिजलियां दे हार। ये 1921 दे विच लिखिया गया सी, लहरां दे हार ते बिजलियां दे हार 1927 दे विच। मटक हुला रे मटक मटक करदा जांदा सी, जो योधा हुंदा है मटक मटक करदा जांदा है, मटक हुला रे तुसी नहीं भुलना दोस्तों। देखो दिल तरंग लहरां दे हार बिजलियां दे हार मटक हुला रे प्रीतवीना, नहीं दोस्तों ये तुसी ओनली देख के जानी है, त्रिल तुप के देख के जाना मेरे साइयां जीओ। इंपॉर्टेंट है, क्यों इंपॉर्टेंट है, ये अगे लाइन दे विच मेंशन किया होया है, कंबदी कलाई ये तुसी दोस्तों निगाह ही मार के जानी है। देखो तीन तां मैं विचों कढ दित्तियां हन, बाकी रह गईयां हन ओ मैटर की वे दे नाल दस दित्तियां हन, तां दोस्तों तुहाडे लई बहुत ही ज्यादा सौखियां हो गईयां हन याद करनियां। वैसे तां तुहानूं इह याद हो ही गईयां होणगियां, तुसीं इस वीडियो नूं दो तीन बार देखो तां की है भाई वीर सिंह दा कंसैप्ट क्लीयर। उस तो अगे है मैं तुहानूं कहा मेरे साइयां जीओ क्यों इंपॉर्टेंट है, देखो मेरे साइयां जीओ नूं की होया सी, साहित्य अकादमी पुरस्कार मिलिया सी। साहित्य अकादमी पुरस्कार किस करके मिलिया सी? मेरे साइयां जीओ करके मिलिया, काव्य संग्रह करके मिलिया, इस करके इस नूं याद करना बहुत जरूरी है। भाई वीर सिंह दियां छोटियां कविताओं का पहला संग्रह कहड़ा सी? दिल तरंग सी। तां दोस्तों हुण दिल तरंग आ गया फिर, वीर दा वीर एक हुंदा है योधा हुंदा है जिहदा दिल बहुत ही स्ट्रोंग हुंदा है, बाहुबली हुंदा है, उसके अंदर तरंगा हुंदियां हन, तरंग उछल उछल के बाहर नूं आउंदी है। तां दिल तरंग की है भाई वीर सिंह दी सब तो पहली छोटी कविता दा संग्रह है। भाई वीर सिंह दियां छोटियां कविताओं का पहला संग्रह कहड़ा सी? दिल तरंग सी। 1920 दे विच फिर मेंशन हो गया, उत्ते भी दिता है विच प्रकाशित होया। इस करके उन्हां नूं छोटियां कविताओं का वड्डा कवि भी कहा जाता सी, इस करके उन्हां नूं छोटियां कविताओं का वड्डा कवि भी कहा जाता है। हुण देखो दोस्तों आधुनिक कवि का पितामा भाई वीर सिंह जी नूं कहा जाता है, आधुनिक कवि का मोढ़ी भाई वीर सिंह जी नूं कहा जाता है, आधुनिक वार्तक का पितामा भाई वीर सिंह जी नूं कहा जाता है, छोटियां कविताओं का वड्डा कवि किस नूं कहा जाता है? भाई वीर सिंह जी नूं कहा जाता है। काव्य संग्रह दे विच दिल तरंग याद रखनी है, मटक मटक के तुरदा कोई भी योधा हुंदा है मटक मटक के तुरदा है, हार उन्हां दे गल विच पैंदे हन तां इह वी याद कर लेना है। मेरे साइयां जीओ, मेरे साइयां जीओ की है, जदों भी कोई योधा जाता है युद्ध दे विच तां उस दी जो वाइफ हुंदी है वह कहिंदी है मेरे सिर दा साई युद्ध विच गया तां मेरे साइयां जीओ,
ਇਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ, ਇਹ ਵੀ ਤੁਹਾਨੂੰ ਮੈਂ ਦੱਸਾਂਗਾ ਕਿ ਕਿਹੜੇ ਕਿਹੜੇ ਅਵਾਰਡ ਹੁੰਦੇ ਹਨ, ਕਿਸ ਕਿਸ ਕਰਕੇ ਮਿਲਦੇ ਹਨ, ਸਭ ਕੁਝ ਦੱਸਾਂਗਾ ਦੋਸਤੋ। ਬਸ ਤੁਸੀਂ ਚੈਨਲ ਦੇ ਨਾਲ ਬਣੇ ਰਹਿਣਾ, ਤੁਹਾਨੂੰ ਸਾਰੀਆਂ ਵੀਡੀਓਜ਼ ਮਿਲਣਗੀਆਂ। ਦਿਲ ਤਰੰਗ ਹੈ ਦੋਸਤੋ, ਇਹ ਭਾਈ ਵੀਰ ਸਿੰਘ ਦੀਆਂ ਨਿੱਕੀਆਂ ਕਵਿਤਾਵਾਂ ਦਾ ਸਭ ਤੋਂ ਪਹਿਲਾਂ ਸੰਗ੍ਰਹਿ ਹੈ। ਇਹ ਤੁਹਾਨੂੰ ਮੈਂ ਉੱਪਰ ਵੀ ਮੈਂਸ਼ਨ ਕੀਤਾ ਸੀ ਅਤੇ ਥੱਲੇ ਇਸ ਕਰਕੇ ਕੀਤਾ ਹੈ ਤਾਂ ਜੋ ਤੁਸੀਂ ਇਸ ਨੂੰ ਭੁੱਲੋ ਨਾ, ਕਿਉਂਕਿ ਇਹ ਵੈਰੀ ਵੈਰੀ ਇੰਪੋਰਟੈਂਟ ਲਾਈਨ ਹੈ ਦਿਲ ਤਰੰਗ। ਤਾਂ ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ, ਕਮੈਂਟ ਕਰਕੇ ਬਾਕਸ ਵਿੱਚ ਦੱਸਣਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਮੇਰੇ ਵੀਰਾਂ ਭੈਣਾਂ ਤੱਕ ਇਹ ਪਹੁੰਚ ਸਕੇ ਜੋ ਕਿ ਮਾਸਟਰ ਕੇਡਰ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਅਤੇ ਪਹਿਲਾਂ ਤਿਆਰੀ ਉਹ ਹੋਰ ਕਿਸੇ ਵੀਰ ਦੇ ਨਾਲ ਕਰ ਰਹੇ ਹੋਣਗੇ, ਅਤੇ ਇਹ ਤਿਆਰੀ ਜੋ ਉਹਨਾਂ ਨੂੰ ਇੱਥੋਂ ਮਟੀਰੀਅਲ ਮਿਲੇਗਾ, ਇਹ ਉਹਨਾਂ ਨੇ ਪਹਿਲਾਂ ਪੜ੍ਹਿਆ ਜ਼ਰੂਰ ਹੋਵੇਗਾ ਲੇਕਿਨ ਯਾਦ ਨਹੀਂ ਹੋ ਰਿਹਾ ਹੋਵੇਗਾ, ਤਾਂ ਹੁਣ ਉਹਨਾਂ ਨੂੰ ਇੱਥੇ ਬਹੁਤ ਹੀ ਫਰੈਸ਼ਨੈਸ ਵੇ ਦੇ ਨਾਲ ਇਹ ਯਾਦ ਹੋ ਜਾਵੇਗਾ ਅਤੇ ਈਜ਼ਲੀ ਉਹਨਾਂ ਨੂੰ ਟ੍ਰਿਕੀ ਵੇ ਦੇ ਨਾਲ ਯਾਦ ਹੋ ਜਾਵੇਗਾ। ਸੋ ਥੈਂਕਸ ਫੋਰ ਵਾਚਿੰਗ ਮਾਈ ਦਿਸ ਵੀਡੀਓ ਦੋਸਤੋ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਂ ਵਾਰ ਵਾਰ ਕਹਿ ਰਿਹਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ। ਸਤਿ ਸ਼੍ਰੀ ਅਕਾਲ ਜੀ।